ਦੇਖੋ ਅਸੀਂ ਹਰ ਸਾਲ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹ ਦਸਤਾਰ ਦਿਵਸ, ਸਿੱਖ ਦਸਤਾਰ ਦਿਵਸ ਮਨਾਉਂਦੇ ਹਾਂ। ਇਹਦੇ ਪਿੱਛੇ ਸਾਡੀ ਭਾਵਨਾ ਇਹ ਸੀਗੀ, ਜਦੋਂ ਇਹ 2004 ਦੇ ਵਿੱਚ ਅਸੀਂ ਇੱਥੇ ਭਾਰਤ ਦੇ ਵਿੱਚ ਇਹਨੂੰ ਸ਼ੁਰੂ ਕੀਤਾ, ਉਸ ਤੋਂ ਪਹਿਲੇ ਜਿਹੜਾ ਕੈਲੀਫੋਰਨੀਆ 'ਚ ਵੀ ਜਿਹੜਾ 2003 ਦੇ ਵਿੱਚ ਸ਼ੁਰੂ ਕੀਤਾ ਗਿਆ। ਉਹਦੇ ਪਿੱਛੇ ਭਾਵਨਾ ਇਹ ਸੀ ਕਿ ਜਿਹੜੀ ਆਈਡੈਂਟੀਟੀ ਕ੍ਰਾਈਸਿਸ ਹੈ ਉਹਨੂੰ ਠੱਲਿਆ ਜਾਵੇ, ਆਲੇ ਦੁਆਲਿਆਂ ਨੂੰ ਦੱਸਿਆ ਜਾਵੇ ਕਿ ਦਸਤਾਰ ਦਾ ਅਤੇ ਸਿੱਖ ਦੀ ਸਾਂਝ ਕੀ ਹੈ। ਅਤੇ ਸਾਡੇ ਇੱਥੇ ਜਿਹੜਾ ਮਾਹੌਲ ਹੈ ਉਹ ਇਹ ਹੈ ਕਿ ਜਿਹੜੇ ਬੱਚੇ ਸਿੱਖੀ ਛੱਡ ਗਏ ਨੇ ਉਹਨਾਂ ਨੂੰ ਅਸੀਂ ਇਹ ਓਪਰਚੁਨਿਟੀ ਲੈਂਦੇ ਹਾਂ ਕਿ ਉਹਨਾਂ ਨੂੰ ਅੱਜ ਦੇ ਦਿਨ ਗੱਲ ਕਰਕੇ ਆਪਣੀ ਗਲਵੱਕੜੀ 'ਚ ਵਾਪਸ ਲਈਏ ਅਤੇ ਉਹਨਾਂ ਦੇ ਨਾਲ ਜਿਹੜਾ ਸਿੱਖੀ ਦੀਆਂ ਬਾਤਾਂ ਕਰੀਏ ਅਤੇ ਉਹਨਾਂ ਦੇ ਸਿਰ 'ਤੇ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੈ ਤਾਜ ਹੈ, ਇਹ ਦਸਤਾਰ ਹੈ, ਇਹਨੂੰ ਸਜਾ ਦਈਏ। ਦੇਖੋ ਹਾਲੇ ਤਾਂ ਅਸੀਂ ਸ਼ੁਰੂ ਕੀਤਾ, ਹਰ ਸਾਲ ਜਿਹੜਾ ਤਕਰੀਬਨ 100-125 ਜਿਹੜੇ ਹੈ ਉਹਨਾਂ ਨੂੰ ਅਸੀਂ ਦਸਤਾਰ ਸਜਾਉਂਦੇ ਹਾਂ। ਅਤੇ ਇਹ ਸਿਰਫ ਇਹ ਅੱਜ ਦਾ ਦਿਨ ਨਹੀਂ ਹੁੰਦਾ, ਲਗਾਤਾਰ ਵੱਖ ਵੱਖ ਸ਼ਹਿਰਾਂ 'ਚ, ਕੱਲ੍ਹ ਜਿਵੇਂ ਗੁਰਦਾਸਪੁਰ ਸੀਗਾ, ਅੱਜ ਇੱਥੇ ਹੈ, ਕੱਲ੍ਹ ਹੋਰ ਸ਼ਹਿਰਾਂ 'ਚ ਵੀ ਹੋਏਗਾ ਪ੍ਰੋਗਰਾਮ। ਕਿਉਂਕਿ ਸਾਡੀ ਭਾਵਨਾ ਇਹਦੇ ਪਿੱਛੇ ਕੰਟੀਨਿਊਸਲੀ ਇਹੀ ਹੈ ਕਿ ਵਿਛੜ ਚੁੱਕਿਆਂ ਨੂੰ ਵਾਪਸ ਲੈ ਕੇ ਆਉਣ ਦੀ। 2004 'ਚ ਪਹਿਲਾਂ ਕੀਤਾ ਸੀਗਾ ਜੀ, ਮੈਨੂੰ ਲੱਗਦਾ 20 ਸਾਲ ਅੱਜ ਹੋ ਗਏ। ਦੇਖੋ ਧਰਮ ਪਰਿਵਰਤਨ ਜਿਹੜਾ ਵਿਸ਼ਾ ਨਾ, ਬੜਾ ਡੂੰਘਾ ਅਤੇ ਗੰਭੀਰ ਵਿਸ਼ਾ। ਸਿਰਫ ਮੈਂ 2 ਲਾਈਨਾਂ 'ਚ ਇਹਦਾ ਜੇ ਜਵਾਬ ਦੇਣਾ ਹੋਵੇ ਤਾਂ ਉਹ ਮੈਨੂੰ ਵੀ ਸੈਟਿਸਫਾਈ ਨਹੀਂ ਕਰੇਗਾ ਅਤੇ ਤੁਹਾਨੂੰ ਵੀ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇਹਦੇ 'ਚ ਕਿਤੇ ਨਾ ਕਿਤੇ ਸਾਡੀ ਆਪਣੀ ਕਮਜ਼ੋਰੀ ਜ਼ਰੂਰ ਨਜ਼ਰ ਆਉਂਦੀ ਹੈ ਕਿ ਅਸੀਂ ਆਪਣਿਆਂ ਨੂੰ ਸੰਭਾਲ ਨਹੀਂ ਸਕੇ, ਅਤੇ ਨਾਲ ਇਹ ਵੀ ਗੱਲ ਸਮਝ ਲੱਗਦੀ ਹੈ ਕਿ ਲਾਲਚ ਵੱਸ ਹੋ ਕੇ ਜਿਹੜਾ ਲੋਕ ਧਰਮ ਛੱਡ ਜਾਂਦੇ ਨੇ ਉਹ ਫਿਰ ਧਰਮੀ ਨਾ ਉੱਥੇ ਰਹਿੰਦੇ ਨੇ ਨਾ ਇੱਥੇ ਰਹਿੰਦੇ ਨੇ। ਇਸ ਕਰਕੇ ਉਹ ਤਾਂ ਇੱਕ ਸਿਆਸਤ ਦੀ ਗਿਣਤੀ ਹੈ ਕਿ ਉਹ ਵੱਧ ਨੇ ਕਿ ਉਹ ਵੱਧ ਨੇ, ਪਰ ਜਿਹਦੇ ਅੰਦਰ ਸਿੱਖੀ ਦੇ ਸੰਸਕਾਰ ਨੇ, ਜਿਹਦੇ ਅੰਦਰ ਜਜ਼ਬਾ ਹੈ, ਉਹ ਤਾਂ ਟੁੱਟ ਵੀ ਜਾਵੇ ਤਾਂ ਸਿੱਖੀ ਨਹੀਂ ਛੱਡਦਾ। ਇਸ ਕਰਕੇ ਮੈਨੂੰ ਲੱਗਦਾ ਕਿ ਸਿੱਖੀ ਨਾਲ ਜੁੜੇ ਰਹਿਣਾ, ਜਿਹੜੇ ਧਰਮ 'ਚ ਵੀ ਤੁਸੀਂ ਹੈਗੇ ਹੋ, ਜਿਹੜੇ ਧਰਮ ਦੇ ਅਕੀਦੇ ਨੂੰ ਪਾਲਦੇ ਹੋ, ਉਸ ਧਰਮ ਦੇ ਅਕੀਦੇ ਨੂੰ ਪਾਲੋ ਅਤੇ ਉਹਦੇ 'ਤੇ ਦ੍ਰਿੜ ਰਹੋ। ਮੈਂ ਇਹੀ ਕਹਾਂਗਾ ਜੀ, ਦਸਤਾਰ ਜਿਹੜੀ ਹੈ ਇਹਨੂੰ ਕੱਪੜਾ ਨਾ ਸਮਝੋ, ਇਹ ਤਾਜ ਹੈ ਅਤੇ ਇਹ ਇਸ ਗੱਲ ਦਾ ਲਖਾਇਕ ਹੈ ਕਿ ਜਿਹਨੇ ਦਸਤਾਰ ਸਜਾਈ ਹੈ ਉਹਦੇ ਕੋਲ ਸੁਰੱਖਿਆ ਵੀ ਮਿਲਣੀ ਹੈ, ਉਹ ਸਰਬੱਤ ਦੇ ਭਲੇ ਦੀ ਗੱਲ ਵੀ ਕਰਦਾ, ਉਹ ਲੋਕਾਂ ਨੂੰ ਭੁੱਖੇ ਸੌਣ ਵੀ ਨਹੀਂ ਦਿੰਦਾ, ਉਹ ਲੋਕਾਂ ਦੀ ਦੁਆ ਦਾਰੂ ਵੀ ਕਰਦਾ ਅਤੇ ਲੋਕਾਂ ਦੀ ਮਦਦ ਵੀ ਕਰਦਾ। ਸਿੱਖ ਦਸਤਾਰ ਦਿਵਸ ਪਿਛਲੇ ਕੁਛ ਸਾਲਾਂ ਤੋਂ ਅਕਾਲ ਪੁਰਖ ਦੀ ਫੌਜ ਵੱਲੋਂ ਹੀ ਇਹ ਸਭ ਤੋਂ ਪਹਿਲੇ ਕੌਲ ਦਿੱਤੀ ਗਈ ਸੀ, ਚਲੋ ਪੰਥ ਨੇ ਇਹਨੂੰ ਪ੍ਰਵਾਨ ਕਰ ਲਿਆ। ਅਤੇ ਅੱਜ ਦਾ ਦਿਨ ਅਸੀਂ ਖਾਸ ਤੌਰ ਦੇ ਉੱਤੇ ਆਵਾਜ਼ ਮਾਰਦੇ ਹਾਂ ਉਹਨਾਂ ਵੀਰਾਂ ਨੂੰ ਜਿਹੜੇ ਕਿਸੇ ਵੀ ਕਾਰਨ ਜਾਣੇ ਅਣਜਾਣੇ ਦਸਤਾਰ ਨਾਲੋਂ ਆਪਣਾ ਨਾਤਾ ਤੋੜ ਚੁੱਕੇ ਨੇ। ਅਸੀਂ ਪੰਥ ਵੱਲੋਂ ਉਹਨਾਂ ਨੂੰ ਆਵਾਜ਼ ਮਾਰਨ ਦੇ ਲਈ ਆਪਣੀ ਗਲਵੱਕੜੀ ਖੋਲ੍ਹਦੇ ਹਾਂ ਕਿ ਪੰਥ ਨੂੰ ਤੁਹਾਡੀ ਲੋੜ ਹੈ, ਗੁਰੂ ਨੂੰ ਤੁਹਾਡੀ ਲੋੜ ਹੈ, ਅਤੇ ਪਲੀਜ਼ ਤੁਸੀਂ ਜਿਹੜਾ ਹੈ ਉਹ ਆਪਣੀ ਕਿਸੇ ਵੀ ਕਾਰਨ ਜਿਹੜੀ ਉਹ ਦੂਰੀ ਹੈ ਉਹਨੂੰ ਖਤਮ ਕਰਕੇ ਅਤੇ ਵਾਪਸ ਇੱਥੇ ਆਓ। ਇਹ ਖਾਸ ਕਰਕੇ ਦਰਬਾਰ ਸਾਹਿਬ ਦੇ ਰਸਤੇ ਦੇ ਉੱਤੇ ਅਸੀਂ ਇਹ ਜਗ੍ਹਾ ਇਸ ਕਰਕੇ ਚੁਣੀ ਹੈ ਕਿ ਇੱਕ ਹੀ ਗੱਲ ਕਿ ਜੇ ਤੁਸੀਂ ਦਰਬਾਰ ਸਾਹਿਬ ਆਏ ਹੋ ਅਤੇ ਗੁਰੂ ਘਰ ਨੂੰ ਸਮਝਿਓ ਕਿ ਗੁਰੂ ਘਰ ਤੋਂ ਇਹ ਜਿਹੜਾ ਹੈ ਉਹ ਸਤਿਕਾਰ ਮਿਲਿਆ ਅਤੇ ਇਹਨੂੰ ਸੰਭਾਲ ਕੇ ਰੱਖਿਓ, ਤੁਹਾਡੀ ਕਮਿਟਮੈਂਟ ਉਸ ਦਸਤਾਰ ਪ੍ਰਤੀ ਵਧੇਗੀ। ਇਸ ਕਰਕੇ ਜਿਹੜਾ ਹੈ ਉਹ ਇਹ ਅਸਥਾਨ ਚੁਣਿਆ ਹੈ।
ਦੇਖੋ ਅਸੀਂ 200-250-300 ਦਸਤਾਰਾਂ ਦਾ ਪ੍ਰਬੰਧ ਹੈ, ਉਸ ਤੋਂ ਵੱਧ ਵੀ ਲੋੜ ਪਵੇ ਦਸਤਾਰਾਂ ਆ ਜਾਣਗੀਆਂ। ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਸਾਨੂੰ ਨਜ਼ਰ ਆਵੇ ਕਿ ਜੇ ਸਿੱਖ ਹੈ ਅਤੇ ਉਹ ਦਸਤਾਰ ਨਾਲੋਂ ਟੁੱਟਿਆ ਹੈ ਅਤੇ ਉਹਨੂੰ ਵਿਸ਼ੇਸ਼ ਰੂਪ 'ਚ ਆਵਾਜ਼ ਮਾਰਦੇ ਨੇ, ਵੀਰ ਉਹਨਾਂ ਨਾਲ ਗੱਲ ਕਰਦੇ ਨੇ, ਗੁਰੂ ਘਰ ਦਾ ਵਾਸਤਾ ਪਾਉਂਦੇ ਨੇ, ਪਰ ਉਸ ਤੋਂ ਇਲਾਵਾ ਵੀ ਕੋਈ ਵਿਦੇਸ਼ੀ ਜਾਂ ਕੋਈ ਹੋਰ ਜੇ ਸ਼ੌਕ ਨਾਲ ਆ ਕੇ ਵੀ ਕਵੇ ਕਿ ਮੈਨੂੰ ਦਸਤਾਰ ਸਜਾ ਦਿਓ, ਅਤੇ ਉਹ ਵੀਰ ਜਿਹੜਾ ਹੈ ਉਹ ਸ਼ੌਕ ਨਾਲ ਦਸਤਾਰ ਸਜਾ ਦਿੰਦੇ ਨੇ। ਸਿੱਖ ਸਮੁਦਾਇ ਦੇ ਲੋਕ ਧਰਮ ਪਰਿਵਰਤਨ ਕੀਤਾ ਜਾਂਦਾ, ਦੇਖੋ ਇਸ ਤਰ੍ਹਾਂ ਕਿ ਜਦੋਂ ਸਿਰਾਂ ਦੇ ਮੁੱਲ ਪੈਂਦੇ ਰਹੇ ਉਦੋਂ ਵੀ ਗੁਰੂ ਦਾ ਖਾਲਸਾ ਜਿਹੜਾ ਉਹਦੀ ਗਿਣਤੀ ਕਦੀ ਵੀ ਜਿਹੜੀ ਆ ਉਹ ਕੁਆਂਟਿਟੀ ਵਾਲੇ ਪਾਸੇ ਨਹੀਂ ਸੀ, ਕੁਆਲਿਟੀ ਵਾਲੇ ਪਾਸੇ ਸੀ। ਅੱਜ ਵੀ ਗੁਰੂ 'ਤੇ ਆਸਥਾ ਰੱਖਣ ਵਾਲੇ ਕਦੀ ਨਹੀਂ ਡੋਲਦੇ, ਜਿਹੜੇ ਮੈਨੂੰ ਲੱਗਦਾ ਵੀ ਢਿੱਲੇ ਮੱਠੇ ਨੇ ਉਹ ਕਿਧਰੇ ਡੋਲ ਵੀ ਜਾਂਦੇ ਨੇ, ਪਰ ਉਹ ਅਲਟੀਮੇਟਲੀ ਕਦੀ ਉੱਧਰ ਕਦੀ ਇੱਧਰ ਕਦੀ ਉੱਧਰ। ਮੈਨੂੰ ਲੱਗਦਾ ਕਿ ਜੇ ਅਸੀਂ ਆਪਣੇ ਘਰ ਨੂੰ ਸੰਭਾਲੀਏ ਅਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰੀਏ ਤਾਂ ਗੁਰੂ ਕਿਰਪਾ ਕਰੇਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਉਹ ਵੀ ਘਰ ਵਾਪਸ ਨਹੀਂ ਆਉਣਗੇ, ਉਹ ਵੀ ਘਰ ਵਾਪਸ ਜ਼ਰੂਰ ਆ ਜਾਣਗੇ।